ਇਸ ਹਫਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ ਲੈ ਕੇ ਮੈਂ ਬਰਨ ਕੌਰਮਾਨ ਹਾਜ਼ਰਾਂ ਜੀ ਸਾਸ਼ਟ੍ਰੀਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਰੇ ਲਈ ਯੂਐਸਏ ਟੀਵੀ ਕੈਨੇਡਾ ਵਿੱਚ ਆਰਜ ਦੇ ਵਿਦੇਸ਼ੀ ਕਾਮਿਆਂ ਦਾ ਆਇਆ ਹੜ ਕੈਨੇਡਾ ਨੇ ਵੀਜ਼ਾ ਨਿਯਮਾਂ ਵਿੱਚ ਕੀਤਾ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾ ਭਾਰਤੀ ਵਿਦਿਆਰਥੀਆਂ ਨੂੰ ਸਿੱਧਾ ਝਟਕਾ ਭਾਰਤੀ ਵਿਦਿਆਰਥੀਆਂ ਦਾ ਸਵਾਗਤ ਅਮਰੀਕਾ ਨੂੰ ਚੀਨੀ ਵਿਦਿਆਰਥੀ ਨਹੀਂ ਚਾਹੀਦੇ ਯੂਐਸਏ ਇਮੀਗ੍ਰੇਸ਼ਨ ਪ੍ਰਵਾਸੀਆਂ ਤੋਂ ਭਾਰਤ ਨੂੰ ਮਿਲ ਰਿਹਾ ਵੱਡਾ ਲਾਭ ਆਸਟ੍ਰੇਲੀਆ ਦੇ ਸਟੱਡੀ ਵੀਜ਼ਿਆਂ 'ਚ ਲਗਾਤਾਰ ਆ ਰਹੀ ਕਮੀ ਇਜ਼ਰਾਈਲ ਨੇ 92000 ਵਿਦੇਸ਼ੀ ਕਾਮਿਆਂ ਦੀ ਨਿਗਤੀ ਨਹੀਂ ਦਿੱਤੀ ਮਨਜ਼ੂਰੀ ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਅਪਡੇਟ ਸ਼ੁਰੂਆਤ ਕਰਦੇ ਆ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਆਰਜ਼ੀ ਵਿਦੇਸ਼ੀ ਕਾਮਿਆਂ ਦਾ ਹੜ ਆਉਂਦਾ ਮਹਿਸੂਸ ਹੋ ਰਿਹਾ ਹੈ ਅਤੇ ਫਾਸਟ ਫੂਡ ਤੋਂ ਲੈ ਕੇ ਕੰਸਟਰਕਸ਼ਨ ਸੈਕਟਰ ਵਾਲੇ ਧੜਾ ਧੜਾ ਵਿਦੇਸ਼ੀ ਕਾਮਿਆਂ ਦੀ ਭਰਤੀ ਕਰ ਰਹੇ ਨੇ ਨਵੇਂ ਨਿਯਮ ਲਾਗੂ ਹੋਣ ਮਗਰੋਂ ਏਮਪਲॉयਰਸ ਵਾਸਤੇ ਵਿਦੇਸ਼ੀ ਕਾਮਿਆਂ ਦੀ ਭਰਤੀ ਹੋਰ ਸੁਖਾਲੀ ਹੋ ਗਈ ਹੈ ਅਤੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਪਿਛਲੇ ਸਾਲ 2.40 ਲੱਖ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਭਰਤੀ ਹੋਈ ਹੈ ਸੀਬੀਸੀ ਦੀ ਰਿਪੋਰਟ ਦੇ ਮੁਤਾਬਕ 2018 ਦੇ ਵਿੱਚ 1.09 ਲੱਖ ਅਰਧ ਵਿਦੇਸ਼ੀ ਕਾਮਿਆਂ ਨੂੰ ਵਰਕ ਪਰਮਿਟ ਜੋ ਇਸ ਵੇਲੇ 2.5 ਗੁਣਾ ਤੋਂ ਜ਼ਿਆਦਾ ਵੱਧ ਚੁੱਕੇ ਨੇ ਮਹਾਮਾਰੀ ਮਗਰੋਂ ਕਿਰਤੀਆਂ ਦੀ ਕਿਲਤ ਦੂਰ ਕਰਨ ਦੇ ਲਈ ਫੈਡਰਲ ਸਰਕਾਰ ਵੱਲੋਂ ਨਿਮਾ ਦੇ ਵਿੱਚ ਢਿੱਲ ਦਿੱਤੀ ਗਈ ਹੈ ਤੇ ਕੁਝ ਆਰਥਿਕ ਮਾਇਰਾਂ ਨੇ ਇਸ ਕਦਮ ਦਾ ਵਿਰੋਧ ਵੀ ਕੀਤਾ ਪਰ ਸਮੇਂ ਦੇ ਨਾਲ ਕੁਝ ਖੇਤਰਾਂ 'ਚ ਅਰਧ ਵਿਦੇਸ਼ੀ ਕਾਮਿਆਂ ਦੀ ਭਰਮਾਰ ਹੋ ਗਈ ਯੂਨੀਵਰਸਿਟੀ ਆਫ ਵਾਟਰਲੂ ਦੇ ਪ੍ਰੋਫੈਸਰ ਨਿੱਕਲ ਨੇ ਦੱਸਿਆ ਕਿ ਮੁਢਲੇ ਤੌਰ ਤੇ ਕਿਰਤੀਆਂ ਦੀ ਕਿਲਤ ਦੂਰ ਕਰਨ ਵਾਸਤੇ ਦਿੱਤੀ ਢਿੱਲ ਦਾ ਉਦਯੋਗਾਂ ਨੇ ਫਾਇਦਾ ਚੱਕਿਆ ਮਿਸਾਲ ਦੇ ਵਜੋਂ ਸ਼ਾਸਕੀ ਸਾਕ ਦੀਆਂ ਸਾਮੀਆਂ ਵਾਸਤੇ 2018 ਚ ਕੇਵਲ 287 ਅਰਜ਼ੀ ਵਿਦੇਸ਼ੀ ਕਾਮੇ ਭਰਤੀ ਕੀਤੇ ਗਏ ਪਰ 2023 ਵਿੱਚ ਇਹ ਅੰਕੜਾ 3500 ਤੱਕ ਪੁੱਜ ਗਿਆ ਇਸ ਤੋਂ ਇਲਾਵਾ ਲਾਈਟ ਡਿਊਟੀ ਕਲੀਨਰਾਂ ਦੀ ਗਿਣਤੀ 201 ਤੋਂ ਵੱਧ ਕੇ 3000 ਤੋਂ ਟੱਪ ਗਈ ਆਰਜੀ ਵਿਦੇਸ਼ੀ ਕਾਮਿਆਂ ਦੀ ਸਭ ਤੋਂ ਜ਼ਿਆਦਾ ਮੰਗ ਫਾਸਟ ਫੂਡ ਚੇਨਜ਼ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਦਕਿ ਖੇਤੀ ਖੇਤਰ ਵੀ ਇਹਨਾਂ ਕਾਮਿਆਂ ਦੀ ਭਾਲ ਵਿੱਚ ਰਹਿੰਦਾ ਹੈ ਫੂਡ ਕਾਊਂਟਰ اٹੈਂਡੈਂਟ ਦੀ ਨੌਕਰੀ ਵਾਸਤੇ 2018 ਚ ਕੇਵਲ 170 ਆਰਜੀ ਵਿਦੇਸ਼ੀ ਕਾਮਿਆਂ ਦੀ ਭਰਤੀ ਹੋਈ ਪਰ 2023 ਤੱਕ ਇਹ ਅੰਕੜਾ 8500 ਤੱਕ ਪੁੱਜ ਗਿਆ ਹੈਰਾਨੀ ਇਸ ਗੱਲ ਦੀ ਹੈ ਕਿ ਆਰਜੀ ਵਿਦੇਸ਼ੀ ਕਾਮਿਆਂ ਨਾਲ ਵਿਤਕਰਾਂ ਕਰਾਂਦੇ ਤੋ ਉਹ ਸ਼ਹਿੰਠ ਕਿਸੇ ਵੇਲੇ ਫੂਡ ਸਰਵਿਸ ਸੈਕਟਰ ਤੇ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਨ ਦੀ ਪਾਬੰਦੀ ਲਾਉਣ ਦੀ ਮੰਗ ਉੱਠੀ ਸੀ ਪਰ ਸਮਾਂ ਬਦਲਿਆ ਅਤੇ ਇਸ ਵੇਲੇ ਸਬ ਤੋਂ ਵੱਧ ਆਰਜ਼ੀ ਵਿਦੇਸ਼ੀ ਕਾਮੇ ਫੂਡ ਸਰਵਿਸ ਸੈਕਟਰ ਵਿੱਚ ਕੰਮ ਕਰ ਰਹੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਮਹਾਮਾਰੀ ਦੇ ਦੌਰਾਨ ਫੂਡ ਸਰਵਿਸ ਸੈਕਟਰ ਨੂੰ ਵੱਡਾ ਨੁਕਸਾਨ ਬਰਦਾਸ਼ਤ ਕਰਨਾ ਪਿਆ ਅਤੇ ਘੱਟ ਤਨਖਾਹਾਂ ਤੇ ਨੌਕਰੀ ਕਰ ਰਹੇ ਕਾਮੇ ਇੱਧਰ ਉੱਧਰ ਹੋ ਗਏ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਇੱਕ ਏਮਪਲੋਇਰ ਨਾਲ ਬੰਨ ਕੇ ਰੱਖਣ ਦਾ ਨਿਯਮ ਹੁਣ ਹਟਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਇਸ ਤੇ ਸਿੱਟੇ ਵੀ ਸਾਹਮਣੇ ਆਉਣਗੇ ਪਰ ਇਮੀਗ੍ਰੇਸ਼ਨ ਮਾਇਰਾਂ ਦਾ ਕਹਿਣਾ ਹੈ ਕਿ ਕੁਝ ਖਾਸ ਖੇਤਰਾਂ ਵਿੱਚ ਵਿਦੇਸ਼ੀ ਕਾਮਿਆਂ ਦੀ ਆਮਤ ਵਿੱਚ ਵਾਧਾ ਬਰਕਰਾਰ ਰਹੇਗਾ KFC ਅਤੇ ਪੀਜ਼ਾ ਹਟ ਵਰਗੀਆਂ ਨਾਮੀ ਫੂਡ ਚੇਨਜ਼ ਵੀ ਵੱਡੇ ਸ਼ਹਿਰਾਂ ਤੋਂ ਦੂਰ ਆਪਣਾ ਕਾਰੋਬਾਰ ਚਲਾਉਣ ਦੇ ਲਈ ਆਰ ਜੀ ਵਿਦੇਸ਼ੀ ਕਾਮਿਆਂ ਨੂੰ ਤਰਜੀਹ ਦੇ ਰਹੀਆਂ ਨੇ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਵੀਜ਼ਾ ਨਿਯਮਾਂ 'ਚ ਵੱਡੇ ਬਦਲਾਅ ਕੀਤੇ ਜੋ ਕਿ ਇਸ ਮਹੀਨੇ ਦੀ 21 ਜੂਨ ਤੋਂ ਲਾਗੂ ਹੋ ਗਏ ਨਿਯਮ ਦੇ ਮਤਾਬਕ 21 ਜੂਨ ਤੋਂ ਬਾਅਦ ਵਿਦੇਸ਼ੀ ਨਾਗਰਿਕ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਅਪਲਾਈ ਨਹੀਂ ਕਰ ਸਕਣਗੇ ਹੁਣ ਇਹ ਪ੍ਰਕਿਰਿਆ ਬੰਦ ਹੋ ਚੁੱਕੀ ਹੈ ਇਹਦਾ ਮਤਲਬ ਹੈ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਕੈਨੇਡਾ ਵਿੱਚ ਦਾਖਲੇ ਲਈ ਪ੍ਰਭਾਵਸ਼ਾਲੀ ਨਹੀਂ ਹੋਏਗਾ ਕੈਨੇਡੀਅਨ ਸਰਕਾਰ ਨੇ ਕਿਹਾ ਹੈ ਕਿ ਵਿਦੇਸ਼ੀ ਨਾਗਰਿਕ ਹੁਣ ਸਰਹੱਦ ਤੇ पीजी ਵਰਕ ਪਰਮਿਟ ਲਈ ਅਰਜ਼ੀ ਨਹੀਂ ਦੇ ਸਕਣਗੇ ਇਹ ਫੈਸਲਾ ਤੁਰੰਤ ਲਾਗੂ ਹੋਏਗਾ ਇਸ ਫੈਸਲੇ ਨਾਲ ਸੈਂਕੜੇ ਭਾਰਤੀ ਵਿਦਿਆਰਥੀ ਪ੍ਰਭਾਵਿਤ ਹੋਣਗੇ ਫਾਈਨੈਂਸ਼ੀਅਲ ਐਕਸਪ੍ਰੈਸ ਦੀ ਰਿਪੋਰਟ ਦੇ ਮਤਾਬਕ ਜੇਕਰ ਕਿਸੇ ਵਿਦੇਸ਼ੀ ਨਾਗਰਿਕ ਨੇ ਸਟੱਡੀ ਪਰਮਿਟ ਦੀ ਮਿਆਦ ਵਧਾਉਣ ਲਈ ਅਰਜ਼ੀ ਦਿੱਤੀ ਹੈ ਅਤੇ ਉਹ ਅਸਲ ਦੇ ਵਿੱਚ ਪੜਾਈ ਕਰ ਰਿਹਾ ਹੈ ਤਾਂ ਉਸਤੇ ਇਹ ਨਿਯਮ ਲਾਗੂ ਨਹੀਂ ਹੋਏਗਾ ਹਾਲਾਂਕਿ ਉਹਨਾਂ ਨੂੰ ਯੋਗ ਹੋਣ ਦੇ ਨਾਵਾ ਅਧਿਨ ਪਰਮਿਟ ਮਿਲਣ ਤੱਕ ਉਡੀਕ ਕਰਨੀ ਪੈਗੀ ਜਿਨ੍ਹਾਂ ਦਾ ਪਰਮਿਟ ਅਵਾਦ ਹੋ ਜਾਂਦਾ ਹੈ ਉਹ ਕੈਨੇਡਾ ਤੋਂ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਕਰਟ ਨੇ ਸੰਜਨੀ ਖੇਸ ਬਿਆਨ ਦਿੰਦੇ ਹੋਏ ਕਿਹਾ ਕਿ ਭਾਰਤੀ ਵਿਦਿਆਰਥੀਆਂ ਦਾ ਅਮਰੀਕਾ 'ਚ ਵਿਗਿਆਨ ਦੀ ਪੜ੍ਹਾਈ ਲਈ ਸਵਾਗਤ ਹੈ ਪਰ ਅਸੀਂ ਚੀਨੀ ਵਿਦਿਆਰਥੀ ਨਹੀਂ ਚਾਹੁੰਦੇ ਹਾਂ ਅਮਰੀਕੀ ਯੂਨੀਵਰਸਿਟੀਆਂ ਸੁਰੱਖਿਆ ਚਿੰਤਾਵਾਂ ਕਾਰਨ ਅਧਿਐਨ ਦੇ ਲਈ ਚੀਨੀ ਨੂੰ ਸੰਵੇਦਨਸ਼ੀਲ ਤਕਨੀਕਾਂ ਤੱਕ ਸੀਮਤ ਕਰ ਰਹੀਆਂ ਨੇ ਜਦੋਂ ਅਮਰੀਕਾ ਦੇ ਨੌਜਵਾਨਾਂ ਦੀ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਦੇ ਵਿਸ਼ਿਆਂ 'ਚ ਕਟ ਦਿਲਚਸਪੀ ਹੈ ਤਾਂ ਸੀ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਜ਼ੋਰ ਦੇ ਰਹੇ ਹਾਂ ਪਰ ਉਹਨਾਂ ਵਿਦਿਆਰਥੀਆਂ ਨੂੰ ਭਾਰਤ ਤੋਂ ਆਉਣਾ ਚਾਹੀਦਾ ਹੈ ਨਾ ਕਿ ਚੀਨ ਤੋਂ ਕਈ ਸਾਲਾਂ ਤੋਂ ਉਹਨਾਂ ਨੇ ਕਿਹਾ ਹੈ ਕਿ ਚੀਨੀ ਸੰਯੁਕਤ ਰਾਜ ਅਮਰੀਕਾ ਵਿੱਚ ਪੜ ਰਹੇ ਇੰਟਰਨੈਸ਼ਨਲ ਸਟੂਡੈਂਟਸ ਯਾਨੀ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਭ ਤੋਂ ਵੱਡੀ ਗਿਣਤੀ ਹੈ ਸਾਲ 2022-23 ਚ 290000 ਚੀਨੀ ਵਿਦਿਆਰਥੀ ਅਮਰੀਕਾ ਚ ਪੜ ਰਹੇ ਸੀ ਕਿਉਂਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਕੂਟਨੀਤਿਕ ਅਤੇ ਆਰਥਿਕ ਸਬੰਧ ਵਿਗੜਦੇ ਜਾ ਰਹੇ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਗਿਆਨ ਦੇ ਖੇਤਰ ਵਿੱਚ ਸਮਰਥਨ ਘਟ ਰਿਹਾ ਹੈ ਇੰਨੇ ਸਾਲਾਂ ਬਾਅਦ ਚੀਨੀ ਵਿਦਿਆਰਥੀਆਂ ਨੂੰ ਹੁਣ ਸ਼ੱਕ ਦੀ ਨਜ਼ਰ ਨਾਲ ਇੱਥੇ ਦੇਖਿਆ ਜਾਂਦਾ ਹੈ ਕੈਂਪ ਬੈਲ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਭਾਵੇਂ ਚੀਨੀ ਵਿਦਿਆਰਥੀ ਸਮਾਜਿਕ ਵਿਗਿਆਨ ਅਤੇ ਮਨੋਵਿਗਿਆਨ ਵਰਗੇ ਵਿਸ਼ਿਆਂ ਦਾ ਅਧਿਐਨ ਕਰਨ ਦੇ ਲਈ ਆ ਸਕਦੇ ਨੇ ਪਰ ਉਹਨਾਂ ਨੂੰ ਵਿਗਿਆਨ ਤੋਂ ਦੂਰ ਰੱਖਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਚੀਨ ਦੀ ਪਹਿਲ ਡੋਨਲਡ 트੍ਰੰਪ ਦੇ ਸਮੇਂ ਸ਼ੁਰੂ ਹੋਈ ਜਿਸ ਦਾ ਮੂਲ ਉਦੇਸ਼ ਚੀਨੀ ਜਸੂਸੀ ਤੋਂ ਬੌਧਕ ਸੰਪਤੀ ਦੀ ਰੱਖਿਆ ਕਰਨਾ ਸੀ ਹਾਲਾਂਕਿ ਬਾਈਡਨ ਪ੍ਰਸ਼ਾਸਨ ਵਿੱਚ ਇਹ ਪਹਿਲ ਕਦਮੀ ਮਾਰ ਦਿੱਤੀ ਗਈ ਉਦੋਂ ਹੀ ਅਮਰੀਕਾ ਵਿੱਚ ਏਸ਼ੀਆਈ ਮੂਲ ਦੇ ਲੋਕਾਂ ਦੇ ਖਿਲਾਫ ਨਸਲਵਾਦ ਨੂੰ ਉਤਸ਼ਾਹਿਤ ਕੀਤਾ ਗਿਆ ਇਸ ਸਵਾਲ ਦੇ ਜਵਾਬ ਦੇ ਵਿੱਚ ਕੈਂਪ ਬੈਲ ਨੇ ਕਿਹਾ ਕਿ ਚੀਨੀ ਵਿਦਿਆਰਥੀ ਚਾਹੁੰਦੇ ਨੇ ਕਿ ਉੱਚ ਸਿੱਖਿਆ ਜਾਰੀ ਰਹੇ ਪਰ ਇਰਾਦਾ ਇਸ ਨੂੰ ਕੁਝ ਖਾਸ ਕਿਸਮ ਦੀ ਪੜ੍ਹਾਈ ਤੱਕ ਸੀਮਿਤ ਕਰਨ ਦਾ ਹੈ ਵਿਗਿਆਨ ਦੇ ਖੇਤਰ ਵਿੱਚ ਵਿਦਿਆਰਥੀਆਂ ਦੀ ਘਾਟ ਨੂੰ ਪੂਰਾ ਕਰਨ ਦਾ ਇੱਕ ਵੱਡਾ ਸਰੋਤ ਭਾਰਤ ਹੀ ਹੈ ਕਈ ਉੱਚ ਹੁਨਰਮੰਦ ਭਾਰਤੀਆਂ ਲਈ ਅਮਰੀਕਾ ਜਾਣ ਦੇ ਸਭ ਤੋਂ ਮਜ਼ਬੂਤ ਮਾਰਗ H1B ਅਸਥਾਈ ਵਰਕ ਵੀਜ਼ਾ ਦਾ ਅਮਰੀਕੀ ਅਤੇ ਭਾਰਤੀ ਟੈਕਨੋਲੋਜੀ ਖੇਤਰ ਦੋਵਾਂ ਤੇ ਸਕਾਰਾਤਮਕ ਪ੍ਰਭਾਵ ਪਿਆ ਹਰ ਸਾਲ ਲੱਖਾਂ ਭਾਰਤੀ ਵਿਦਿਆਰਥੀ ਵਿਦੇਸ਼ਾਂ ਚ ਆਪਣੀ ਪੜ੍ਹਾਈ ਕਰਨ ਲਈ ਜਾਂਦੇ ਨੇ ਸਾਲ 2022 ਚ 1.4 ਮਿਲੀਅਨ ਭਾਰਤੀ ਵਿਦਿਆਰਥੀ ਵਿਦੇਸ਼ ਗਏ ਸੀ ਜਿਨ੍ਹਾਂ ਚੋਂ 35% ਨੇ ਅਮਰੀਕਾ ਚ ਚੱਲਣਗੇ ਤਾਂ ਜਿੱਥੇ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਹੈ ਇਹ ਵਿਦਿਆਰਥੀ ਹਮੇਸ਼ਾ ਆਪਣੇ ਕੈਰੀਅਰ ਨੂੰ ਅੱਗੇ ਵਧਾਉਣ ਦੇ ਲਈ ਵਿਦੇਸ਼ ਜਾਂਦੇ ਨੇ ਜਿਨ੍ਹਾਂ ਜੋ ਕੋਈ ਦੇਸ਼ ਚ ਹੀ ਰਹਿਣਾ ਪਸੰਦ ਕਰਦੇ ਨੇ ਨਤੀਜੇ ਵਜੋਂ ਭਾਰਤ ਵਿੱਚ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ਚ ਪ੍ਰਵਾਸੀ ਆਬਾਦੀ ਕਾਫੀ ਬਾਤ ਹੈ ਇਕੱਲੇ ਅਮਰੀਕਾ ਚ 4.6 ਮਿਲੀਅਨ ਭਾਰਤੀ ਮੂਲ ਦੇ ਵਸਨੀਕ ਨੇ ਪਰ ਹੋਰ ਦੇਸ਼ਾਂ ਨੂੰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਅਤੇ ਪ੍ਰਵਾਸੀਆਂ ਦੀ ਆਮਦ ਨਾਲ ਲਾਭ ਮਿਲ ਰਿਹਾ ਹੈ ਤਾਂ ਇਸ ਦਾ ਭਾਰਤ ਤੇ ਕੀ ਪ੍ਰਭਾਵ ਪੈਂਦਾ ਹੈ ਕਿ ਭਾਰਤ ਹੌਲੀ-ਹੌਲੀ ਆਪਣੇ ਪ੍ਰਤਿਭਾਸ਼ਾਲੀ ਨੌਜਵਾਨਾਂ ਤੋਂ ਵਾਂਝਾ ਹੋ ਰਿਹਾ ਹੈ ਵਿਦੇਸ਼ਾਂ ਚ ਰਹਿਣ ਵਾਲੇ ਭਾਰਤੀਆਂ ਵੱਲੋਂ ਭਾਰਤ ਵਿੱਚ ਯੋਗਦਾਨ ਕਰਨ ਦਾ ਸਭ ਤੋਂ ਸਪਸ਼ਟ ਤੇ ਯੋਗ ਤਰੀਕਾ ਪੈਸੇ ਭੇਜਣਾ ਹੈ ਵਿਸ਼ਵ ਬੈਂਕ ਦੇ ਮੁਤਾਬਕ ਭਾਰਤ ਹੁਣ ਤੱਕ ਦਿਸ਼ਾਂ ਤੋਂ ਪ੍ਰਾਪਤ ਪੈਸੇ ਦਾ ਦੁਨੀਆ ਦਾ ਸਭ ਤੋਂ ਵੱਡਾ ਪ੍ਰਾਪਤ ਕਰਤਾ ਹੈ ਆਸਟ੍ਰੇਲੀਆ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਦੇ ਕਾਰਨ ਇਸ ਸਾਲ ਆਸਟ੍ਰੇਲੀਆ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ 30 ਫੀਸਦੀ ਦੀ ਕਮੀ ਆਈ ਹੈ ਇਸ ਦਾ ਆਸਟ੍ਰੇਲੀਅਨ ਅਰਥਚਾਰੇ ਤੇ ਵੀ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ ਇੰਟਰਨੈਸ਼ਨਲ ਐਜੂਕੇਸ਼ਨ ਜਾਨੀ ਕਿ ਅੰਤਰਰਾਸ਼ਟਰੀ ਸਿੱਖਿਆ ਦੇ ਖੇਤਰ ਦੇ ਵਿੱਚ ਆਸਟ੍ਰੇਲੀਆ ਉਹਨਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜੋ ਭਾਰਤੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰ ਰਹੇ ਨੇ ਹਾਲਾਂਕਿ ਚਾਲੂ ਸਾਲ ਦੇ ਪਹਿਲੇ 4 ਮਹੀਨੇ ਵੱਖਰੀ ਕਹਾਣੀ ਬਿਆਨ ਕਰ ਰਹੇ ਨੇ ਆਸਟ੍ਰੇਲੀਆ ਚ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ Bye. ਗਿਣਤੀ 33% ਦੀ ਕਮੀ ਆਈ ਹੈ ਇਸ ਦਾ ਕਾਰਨ ਆਸਟ੍ਰੇਲੀਆ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਹੈ ਜੋ ਪਿਛਲੇ ਸਾਲ ਦਸੰਬਰ ਵਿੱਚ ਲਾਗੂ ਕੀਤੀ ਗਈ ਸੀ ਇਸ ਨੀਤੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਅਤੇ ਉਹਨਾਂ ਦੇ ਵਿਸਥਾਰ ਨੂੰ ਲੈ ਕੇ ਕਈ ਪਾਬੰਦੀਆਂ ਲਗਾਈਆਂ ਗਈਆਂ ਨੇ ਨਵੀਂ ਇਮੀਗ੍ਰੇਸ਼ਨ ਨੀਤੀ ਦੇ ਲਾਗੂ ਹੋਣ ਤੋਂ ਪਹਿਲਾਂ ਪਿਛਲੇ ਸਾਲ ਜਨਵਰੀ ਤੋਂ ਅਪ੍ਰੈਲ ਤੱਕ ਆਸਟ੍ਰੇਲੀਆ ਨੇ 1,04,808 ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ੇ ਦਿੱਤੇ ਸਨ ਜਦੋਂ ਕਿ ਇਸ ਵਾਰ ਇਹ ਅੰਕੜਾ ਕੇਵਲ 74,421 ਹੈ ਇਸ ਤੋਂ ਪਹਿਲਾਂ ਕਰੋਨਾ ਮਹਾਮਾਰੀ ਦੌਰਾਨ ਭਾਰਤੀ ਵਿਦਿਆਰਥੀ ਦੀ ਗਿਣਤੀ ਵਿੱਚ ਅਜਹੀ ਰੁਕਾਵਟ ਦੇਖੀ ਗਈ ਸੀ 2019-2021 ਦੌਰਾਨ ਇਹ ਗਿਰਾਵਟ 53 ਫੀਸਦੀ ਦੇ ਕਰੀਬ ਸੀ ਸਟੱਡੀ ਵੀਜ਼ਾ ਨਾ ਮਿਲਣ ਕਾਰਨ ਭਾਰਤੀ ਵਿਦਿਆਰਥੀਆਂ 'ਚ ਨਿਰਾਸ਼ਾ ਜ਼ਰੂਰ ਹੈ ਪਰ ਇਸ ਦਾ ਮਾੜਾ ਅਸਰ ਆਸਟ੍ਰੇਲੀਆ ਦੀ ਆਰਥਿਕਤਾ ਤੇ ਵੀ ਦੇਖਣ ਨੂੰ ਮਿਲ ਸਕਦਾ ਹੈ ਆਸਟ੍ਰੇਲੀਆ 'ਚ ਸਿੱਖਿਆ ਖੇਤਰ ਨਾਲ ਜੁੜੇ ਕਈ ਬਜ਼ੁਰਗ ਸਰਕਾਰ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਸਲਾਹ ਦੇ ਰਹੇ ਨੇ ਮਾਇਰਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਆਰਥਿਕਤਾ ਦੇ ਵਿੱਚ ਸਿੱਖਿਆ ਖੇਤਰ ਦਾ ਵੱਡਾ ਯੋਗਦਾਨ ਹੈ ਪਿਛਲੇ ਸਾਲ ਆਸਟ੍ਰੇਲੀਆ ਨੇ ਸਿੱਖਿਆ ਖੇਤਰ ਚੋਂ 48 ਬਿਲੀਅਨ ਡਾਲਰ ਦੀ ਕਮਾਈ ਕੀਤੀ ਮਾਇਰਾਂ ਦਾ ਕਹਿਣਾ ਹੈ ਕਿ ਕਈ ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਆਸਟ੍ਰੇਲੀਆ ਨੇ ਮਿਆਰੀ ਸਿੱਖਿਆ ਤੇ ਹੁਨਰ ਸਖਲਾਈ ਦੇ ਖੇਤਰ ਚ ਆਪੜਾ ਮੁਕਾਮ ਹਾਸਲ ਕੀਤਾ ਹੈ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਹ ਮਿਹਨਤ ਵਿਅਰਥ ਜਾ ਸਕਦੀ ਹੈ ਇਜ਼ਰਾਈਲ ਨੇ ਮਜ਼ਦੂਰਾਂ ਦੀ ਕਮੀ ਨੂੰ ਦੂਰ ਕਰਨ ਦੇ ਲਈ 92000 ਵਿਦੇਸ਼ੀ ਕਾਮਿਆਂ ਦੇ ਕੋਟੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਪ੍ਰਧਾਨ ਮੰਤਰੀ ਦਫ਼ਤਰ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਸੀ ਵਿਦੇਸ਼ੀ ਕਾਮਿਆਂ ਨੂੰ ਖੇਤੀਬਾੜੀ ਉਦਯੋਗ ਹੋਟਲ ਅਤੇ ਰੈਸਟੋਰੈਂਟ ਖੇਤਰਾਂ 'ਚ ਰੁਜ਼ਗਾਰ ਦਿੱਤਾ ਜਾਏਗਾ ਇਹ ਪਹਿਲੀ ਵਾਰ ਹੈ ਜਦੋਂ ਇਜ਼ਰਾਈਲ ਨੇ ਰੈਸਟੋਰੈਂਟ ਉਦਯੋਗ ਦੇ ਲਈ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ ਕੋਟੇ ਦਾ 70% ਵਿਸ਼ੇਸ਼ ਤੌਰ ਤੇ ਖੇਤੀਬਾੜੀ ਮਜ਼ਦੂਰਾਂ ਲਈ ਰੱਖਿਆ ਗਿਆ ਹੈ ਇਜ਼ਰਾਈਲ ਵਿੱਚ ਖੇਤੀ ਉਤਪਾਦਨ ਅਤੇ ਮਨੁੱਖੀ ਸ਼ਕਤੀ ਦਾ ਭਾਰੀ ਨੁਕਸਾਨ ਹੋਇਆ ਹੈ 7 ਅਕਤੂਬਰ ਤੋਂ ਪਹਿਲਾਂ ਇਜ਼ਰਾਈਲ ਵਿੱਚ 29900 ਵਿਦੇਸ਼ੀ ਸੀ ਜਿਨ੍ਹਾਂ ਵਿੱਚ ਜ਼ਿਆਦਾਤਰ ਥਾਈ ਲੋਕ ਸੀ ਉਹ ਖੇਤਾਂ ਬਾਗਾਂ ਗ੍ਰੀਨ ਹਾਊਸ ਅਤੇ ਪੈਕਿੰਗ ਪਲਾਂਟਾਂ 'ਚ ਕੰਮ ਕਰ ਰਹੇ ਸਨ ਉਹ ਇਹਨਾਂ ਅਸਾਮੀਆਂ ਨੂੰ ਭਰ ਸਕਦੇ ਨੇ ਪਰ ਉਹਨਾਂ ਨੂੰ ਮਿਲਟਰੀ ਰਿਜ਼ਰਵ ਡਿਊਟੀ ਲਈ ਬੁਲਾਇਆ ਗਿਆ ਹੈ ਜਦੋਂ ਕਿ ਫਲਸਤੀਨੀ ਮਜ਼ਦੂਰਾਂ ਨੂੰ ਸੁਰੱਖਿਆ ਦੇ ਖਤਰਿਆਂ ਕਾਰਨ ਵਰਤਮਾਨ ਵਿੱਚ ਪਾਬੰਦੀ ਲਗਾਈ ਗਈ ਹੈ ਬਹੁਤ ਸਾਰੇ ਖੇਤੀਬਾੜੀ ਖੇਤਰ ਲਿਬਨਾਨ ਦੀ ਸਰਹੱਦ ਦੇ 2 ਕਿਲੋਮੀਟਰ ਦੇ ਅੰਦਰ ਨੇ ਜਿੱਥੇ ਕਿਸਾਨ ਖੇਤਾਂ ਅਤੇ ਬਾਗੀਆਂ ਤੱਕ ਖੁੱਲੀ ਪਹੁੰਚ ਨਹੀਂ ਕਰ ਸਕਦੇ ਬੇਰੇ ਸ਼ੀਟ ਦੇ ਸੀਈਓ ਅਸਫ ਕੇ ਰੇਟ ਨੇ ਕਿਹਾ ਕਿ ਯੁੱਧ ਦੀਆਂ ਚੁਣੌਤੀਆਂ ਦੇ ਬਾਵਜੂਦ ਪੈਕਿੰਗ ਹਾਊਸ 24 ਘੰਟੇ ਕੰਮ ਕਰਦਾ ਹੈ ਇਸ ਦਾ ਉਦੇਸ਼ ਤਾਜ਼ੇ ਇਜ਼raਇਲੀ ਉਤਪਾਦਾਂ ਦੀ ਨਿਰੰਤਰ ਉਪਲਬਧਤਾ ਪ੍ਰਦਾਨ ਕਰਨਾ ਹੈ ਇਸ ਦੇ ਨਾਲ ਹੀ ਹੋਮ ਫਰੰਟ ਕਮਾਂਡ ਦੇ ਨਿਰਦੇਸ਼ਾਂ ਦਾ ਵੀ ਪਾਲਣਾ ਕਰਨਾ ਹੋਵੇਗਾ ਬੇਰੇ ਸ਼ੀਟਿਕ ਫਲ ਪੈਕਿੰਗ ਦਾ ਕਾਰੋਬਾਰ ਹੈ ਯੱਪਰ ਗਲੀਲ ਅਤੇ ਗੁਲਾਨ ਹਾਈਟਸ ਵਿੱਚ ਕਈ ਕਿਬੂਟਿਜ਼ਮ ਦੁਆਰਾ ਸਾਂਝੇ ਤੌਰ ਤੇ ਚਲਾਇਆ ਜਾਂਦਾ ਹੈ ਕਿ ਰੇਟ ਬੇਰੇ ਸ਼ੀਟ ਦੇ ਬਾਗਾਂ ਦਾ ਦੌਰਾਂ ਕਰਨ ਆਏ ਫਲ ਉਤਪਾਦਕਾਂ ਅਤੇ ਖੇਤੀਬਾੜੀ ਅਧਿਕਾਰੀਆਂ ਦੇ ਬਫਤ ਨੂੰ ਸੰਬੋਧਨ ਕਰ ਰਹੀ ਸੀ ਉਹਨਾਂ ਨੇ ਸਰਕਾਰ ਨੂੰ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਹੋਰ ਉਪਰਾਲੇ ਕਰਨ ਦੀ ਮੰਗ ਵੀ ਕੀਤੀ ਹੈ ਇਸਨ ਇਸ ਹਫਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ ਬਰਨ ਕੌਰ ਮਾਨ ਨੂੰ ਦਿਵਾ ਗਿਆ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਸੀ ਟੀਵੀ ਸਾਡਾ ਇੰਸਟਾਗ੍ਰam ਪੇਜ ਫੇਸਬੁੱਕ ਪੇਜ ਪੰਜਾਬ ਮੇਲ ਯੂਐਸਸੀ ਟੀਵੀ ਫੋਲੋ ਲਾਈਕ ਸਬਸਕ੍ਰਾਈਬ ਕਰ ਦਿਓ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ